ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅਧਿਆਇ 10 ਮਨੁੱਖੀ ਅੱਖ ਤੇ ਰੰਗ ਬਰੰਗਾ ਸੰਸਾਰ ਹਿਮਨ ਆਈਰਨ ਕਲਰਫੁਲ ਵਰਲਡ ਇਹਦੇ ਆਪਾਂ ਇੰਪੋਰਟੈਂਟ ਕੁਐਸਚਨ ਕਰਾਂਗੇ ਐਦੋਂ ਪਹਿਲਾਂ ਆਪਾਂ 10 ਚੈਪਟਰ ਕਰ ਚੁੱਕੇ ਹਾਂ 11ਵਾਂ ਚੈਪਟਰ ਉਹ ਲਈ ਤੁਸੀਂ ਪਿਛਲੇ ਵੀਡੀਓ ਦੇਖ ਸਕਦੇ ਹੋ ਪਹਿਲਾ ਕੁਐਸਚਨ ਹੈ ਮਨੁੱਖੀ ਅੱਖ ਨੇਤਰ ਲੈਂਸ ਦੀ ਫੋਕਸ ਕਰਨ ਨੂੰ ਵਿਵਸਥਿਤ ਕਰਕੇ ਪਿੰਨ-ਪਿੰਨ ਦੂਰੀਆਂ ਉੱਤੇ ਰੱਖਿਆ ਵਸਤੂ ਨੂੰ ਫੋਕਸ ਕਰ ਸਕਦਾ ਹੈ ਅਜਿਹਾ ਹੋਣ ਦਾ ਕੀ ਕਾਰਨ ਹੈ ਦ ਹਿਮਨ ਆਈ ਕੈਨ ਫੋਕਸ ਆਬਜੈਕਟ ਐਟ ਡਿਫਰੈਂਟ distance by adjusting the focal length of the eye lens this is due to ta eh hundi hai eye di ankulan samarthata jinu ap power of accommodation kehne ide karke ki aap da eh focus dur nu adjust kar lenda hai second question hai manukhi ak jis bhag utte kisi vastu da pratibimb banaundi hai oh hai ta human eye forms a maze of object at its jani manukhi ak di maze oh kithe banndi hai retina te banndi hai fourth option ki hai da sahi uttar ਸੁਧਾਰਨ ਦ੍ਰਿਸ਼ਟੀ ਦੇ ਵਿਅਕਤੀ ਦੀ ਸਪਸ਼ਟ ਨਦਰਸ਼ਨ ਲਈ ਅਲਪਤਮ ਦੂਰੀ ਕਿੰਨੀ ਹੁੰਦੀ ਹੈ ਜਾਨੀ ਇਹ ਮਨੁੱਖੀ ਜਿਹੜਾ ਖੈਗਾ ਵਿਅਕਤੀ ਹੈ ਜਿਹੜਾ ਉਹ ਕੀ ਇੱਕ ਟੋਕਟ ਕਿੰਨੀ ਦੂਰੀ ਤੋਂ ਸਾਫ਼ ਦਿਖਾਈ ਦੇ ਸਕਦੀ ਹੈ ਦਾ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਜਿੱਥੇ ਉਹ ਪੂਰਾ ਸਪਸ਼ਟ ਦਿਖਾਈ ਦੇ ਸਕੇ ਤਾਂ ਕਿੰਨੀ ਹੁੰਦੀ ਹੈ 25 ਸੈਂਟੀਮੀਟਰ ਜੇ ਦੂਰੀ ਘਟਦੀ ਹੈ ਤਾਂ ਉਹ ਕੀ ਹੈ ਸਪਸ਼ਟ ਨਹੀਂ ਦੇਖ ਸਕਦਾ ਨੇਤਰਲੈਂ ਦੀ ਫੋਕਸ ਦੂਰੀ ਵਿੱਚ ਪਰਵਰਤਨ ਕੀਤਾ ਜਾਂਦਾ ਹੈ ਦਾ ਚੇਂਜ ਇਨ ਫੋਕਲ ਲੈਂਥ ਆਫ ਫਾਈ ਲੈਂਜ਼ਸ ਕਾਜ਼ਡ ਬਾਈ ਦਾ ਐਕਸ਼ਨ ਆਫ ਤੜੀਓ ਦੀ ਕਰਦੀ ਹੈ ਸਿਲਰੀ ਪੇਸ਼ੀਆਂ ਹੁੰਦੀਆਂ ਨੇ ਸਿਲਰੀ ਮਸਲਸ ਹੁੰਦੇ ਆ ਇਹ ਕੀ ਹੈ ਫੋਕਲ ਲੈਂਥ ਨੂੰ ਕੀ ਐਡਜਸਟ ਕਰਨ ਦਾ ਕੰਮ ਕਰਦੇ ਆ ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਕੀ ਪਾਵੇ ਨੇਤਰਲੈਂ ਜਿਹੜਾ ਮਨੁੱਖੀ ਅੱਖ ਦਾ ਲੈਂਜ਼ ਆ ਦੀਓ ਸਮਰੱਥਾ ਜਿਸ ਕਾਰਨ ਕਿ ਆਪਣੀ ਫੋਕਸ ਦੂਰੀ ਨੂੰ ਘਟਾ ਜਾਂ ਵਧਾ ਘਟ ਕਰ ਸਕਦਾ ਹੈ ਜਾਂ ਵਧ ਕਰ ਲੈਂਦਾ ਹੈ ਉਹਨੂੰ ਆਪਾਂ ਕਹਿੰਦੇ ਆਨ ਕੁਲਨ ਸਮਰਥਾ ਪਾਵਰ ਆਫ ਕਮੂਡੇਸ਼ਨ ਆਫ ਆਈ ਦ ਅਬਿਲਟੀ ਆਫ ਆਈ ਲੈਂਸ ਟੂ ਫੋਕਸ ਨੀਅਰ ਐਂਡ ਫਾਰ ਆਬਜੈਕਟ ਕਲੀਅਰਲੀ ਓਨ ਦਾ ਰੈਟੀਨਾ ਬਾਏ ਐਡਜਸਟਿੰਗ ਦਾ ਫੋਕਲ ਲੈਂਥ ਫੋਕਲ ਲੈਂਥ ਅਡਜਸਟ ਕਰਕੇ ਕੀ ਆ ਰੀ ਇਮੇਜ ਕਲੀਅਰ ਬਣਾਉਣਾ ਉਹ ਕੰਮ ਕੀਦਾ ਉਹਨੂੰ ਕਹਿੰਦੇ ਆਪਾਂ ਪਾਵਰ ਆਫ ਕਮੂਡੇਸ਼ਨ ਆਫ ਆਈ ਹੁੰਦੀ ਹੈ ਮੁੱਖੀ ਅੱਖ ਦੀ ਸੁਧਾਰਨ ਦਿਸਟਰੀ ਲਈ ਦੂਰ ਬਿੰਦੂ ਤੇ ਨਿਕਟ ਬਿੰਦੂ ਅੱਖ ਦੀ ਦੂਰੀ ਕਿੰਨੀ ਹੁੰਦੀ ਹੈ ਪਹਿਲੇ ਆਪਾਂ ਕੁਐਸਚਨ ਕੀਤਾ ਹੈ ਜਿੱਥੇ ਸਪਸਥ ਦਿਖਾਈ ਨੋ ਕਿੰਨੀ ਹੁੰਦੀ ਹੈ 25 ਸੈਂਟੀਮੀਟਰ ਦੀ ਦੂਰੀ ਕੀ ਹੈ ਮਿਨੀਮਮ ਹੁੰਦੀ ਹੈ ਵਾਟ ਇਜ਼ ਦਾ ਪੁਆਇੰਟ ਆਫ ਫਾਰ ਐਂਡ ਨੀਅਰ ਪੁਆਇੰਟ ਹਿਊਮਨ ਆਈ ਫॉर ਨਾਰਮਲ ਵਿਜ਼ਨ 25 ਸੈਂਟੀਮੀਟਰ ਆਫ ਆਈ ਆਮ ਅੱਖ 25 ਸੈਂਟੂ ਨਿਰ ਦੇ ਦੀਆਂ ਵਸਤੂਆਂ ਕਿਉਂ ਨਹੀਂ ਦੇਖ ਸਕਦੀ ਹੁਣ ਆਪਾਂ ਪਹਿਲਾਂ ਪੜ ਚੁੱਕੇ ਹਾਂ ਵੀ 25 ਸੈਂਟੀਮੀਟਰ ਘੱਟੋ ਘੱਟ ਦੂਰੀ ਹੋਣੀ ਚਾਹੀਦੀ ਹੈ ਜੇ ਆਪਾਂ ਕਲੀਅਰ ਦੇਖਣਾ ਤਾਂ ਠੀਕ ਹੈ ਮਿਨੀਮਮ ਕਿੰਨੀ ਦਿਸਣ ਜੇ 25 ਸੈਂਟੂ ਦਾ ਕਾਰਨ ਕੀ ਹੁੰਦਾ ਮਨੁੱਖੀ ਅੱਖ ਦੀ ਅਨੁਕੂਲਨ ਸਮਰੱਥਾ ਕੀ ਹੈ ਉਸ ਪਸੰਦ ਦੇ ਦ੍ਰਿਸ਼ਟੀ ਦਾ ਨੇਕਤ ਬਿੰਦੂ 25 ਸੈਂਟੀਮੀਟਰ ਹੁੰਦਾ ਹੈ ਜਿਹੜੀ ਅਨੁਕੂਲਨ ਸਮਰੱਥਾ ਹੈਗੀ ਆ ਯਾਨੀ ਕਿ ਜਿੱਥੋਂ ਆਪਾਂ ਸਾਫ਼ ਦੇਖ ਸਕਦੇ ਹਾਂ ਕਿੰਨਾ 25 ਸੈਂਟੀਮੀਟਰ ਜੇ ਆਪਾਂ 25 ਨੂੰ ਘਟਾਵਾਂਗੇ ਠੀਕ ਹੈ ਐਫ ਵੀ ਡਿਕਰੀਜ਼ ਦਾ ਡਿਸਟੈਂਸ ਫਰੋਮ 25 ਸੈਂਟੀਮੀਟਰ ਤਾਂ ਜਦੋਂ ਕਿ ਨੈਟਰ ਲੈਂਸ ਆਪਣੀ ਸੰਪੂਰਨ ਅਨੁਕੂਲਨ ਸਮਰੱਥਾ ਦਾ ਪ੍ਰਯੋਗ ਕਰਕੇ ਵੀ ਰਾਟੀਨਾ ਤੇ ਪਤਿਉ ਨਹੀਂ ਬਣਦਾ ਇਹਦਾ ਕੀ ਹੈ ਜਦੋਂ ਆਪਾਂ ਦੂਰੀ ਘਟਾ ਦਿੰਦੇ ਆ ਤੇਰਾ ਪ੍ਰਤੀਬਿੰਬ ਹੈ ਜਿਹੜਾ ਕੀ ਅਮੇਜ਼ ਹੈ ਉਹ ਕੀ ਹੈ ਰਟੀਨਾ ਤੇ ਫੋਕਸ ਨਹੀਂ ਹੁੰਦੀ that object cannot be focused on the retina ਇਸ ਲਈ ਉਹਦੀ ਆਪਾਂ ਨੂੰ ਦੇਖੋਗੇ ਉਹ ਬਲਰ ਦੇਖੋਗੇ ਸਹੀ ਨਹੀਂ ਦਿਖਣੀ ਆਪਾਂ ਨੂੰ ਨੈਕਸਟ ਕੁਐਸਚਨ ਕੀ ਹੈ ਦਾ ਤਾਰੇ ਕਿਉਂ ਟਿੰਟਮ ਆਉਂਦੇ ਹਨ ਵਾਈ 스타 ਅਨਕਲ ਤਾਰੇ ਕੀ ਧਰਤੀ ਤੋਂ ਬਹੁਤ ਦੂਰ ਤੇ ਸਥਿਤ ਹਨ 스타ਜ਼ ਆਰ ਫਾਰ ਅਪਾਰਟ ਫਰਮ ਦਰਥ ਉਹਨਾਂ ਤੋਂ ਆਉਣ ਵਾਲੀ ਕਿਰਨਾ ਪ੍ਰਕਾਸ਼ ਦੀਆਂ ਵੱਖ-ਵੱਖ ਪਰਮੰਡਲ ਪਰਤਾਂ ਚੋਂ ਛੋਕੇ ਲੰਘਣਾ ਆਉਣਾ ਪੈਂਦਾ ਉਹਨਾਂ ਨੂੰ ਦਾ ਲਾਈਟ ਹੈਂਟਰ ਫਰਮ ਦਾ ਇਨਟੂ ਦਾ ਅਰਥ ਅੰਡਰਗੋਡ ਡਿਸਫ੍ਰੈਕਸ਼ਨ ਕੌਨਟਿਨਿਉਲੀ ਟ੍ਰੀਚ ਰੀਚਡ ਫਰਮ ਦਾ ਸਰਫੇਸ ਆਫ ਅਰਥ ਹੁਣ ਜਿਸ ਕਰਕੇ ਕੀ ਹੈ ਤਾਰਿਆਂ ਤੋਂ ਆਉਣ ਵਾਲੇ ਕਿਰਨਾ ਕੀ ਲਗਾਤਾਰ ਪਰਮੰਡਲ ਕੀ ਅਪਵਰਤਨ ਹੁੰਦਾ ਹੈ ਅਪਵਰਤਨ ਹੁੰਦੇ ਕਾਰਨ ਕਿ ਅਰੀਵ ਸਥਿਤੀ ਆਪਣ ਨੂੰ ਲੱਗਦਾ ਹੈ ਬਦਲ ਗਈ ਹੈ ਅਥ ਮਿਲੇ ਕੀ ਹੈ ਸਿਤਾਰੇ ਜਿਹੜੇ ਅਨਲਸਤਨ ਲੱਗੂ ਵੀ ਚੇਂਜ ਹੁੰਦੀ ਪ੍ਰਤੀਤ ਹੁੰਦੀ ਜਿਸ ਕਰਕੇ ਆਪਨ ਤਾਰੇ ਕੀ ਟਿਮਟਮਾਗੇ ਪ੍ਰਤੀਤ ਹੁੰਦੇ ਆ ਬਿਕੋਸ ਆਰ ਸਟਾਰਸ ਜੋ ਸੋ ਫਾਰ ਫਾਰ ਅਵੇ ਦਾ ਸਟਾਰ ਦਾ ਲਾਈਟ ਫਰੋਂ ਦਾ ਸਟਾਰ ਐਂਟਰ ਦਾ ਅਰਥ ਥੈਟ ਈਜ਼ ਅੰਡਰਗੋ ਅ ਕੰਟੀਨਿਊ ਰੈਫ੍ਰੈਕਸ਼ਨ ਟਿਲ ਈਚ ਰੀਚ ਰੀਚ ਦਾ ਸਰਫੇਸ ਆਫ ਅਰਥ ਐਜ਼ ਦਾ ਪਾਥ ਆਫ ਲਾਈਟ ਕਮਿੰਗ ਫਰੋਂ ਸਟਾਰ ਕੀਪ ਚੇਂਜਿੰਗ ਧਸ ਅਪਰੈਂਟ ਪੋਜੀਸ਼ਨ ਜਿਹੜੀ ਆਪਨ ਨੂੰ ਦੀ ਅਵਾਸੀ ਪ੍ਰਤੀਬਿੰਬਕ ਪ੍ਰੋਪਰਿਸ਼ਨੋ ਕੀ ਚੇਂਜ ਹੁੰਦੀ ਰਹਿੰਦੀ ਹੈ ਤਾਂ ਤਾਂ ਕਰਕੇ ਆਪਾਂ ਨੂੰ ਕੀ ਆ ਕਿ ਸਟਾਰਸ ਕੀ ਟਵਿੰਕਲ ਹੁੰਦੇ ਪ੍ਰਤੀਤ ਹੁੰਦੇ ਆ ਤੇ ਹੁਣ ਅਗਲਾ ਕੁਐਸਚਨ ਕੀ ਹੈ ਗ੍ਰਹਿ ਕਿਉਂ ਨਹੀਂ ਪ੍ਰਤੀਤ ਹੁੰਦੇ ਕਿਉਂਕਿ ਗ੍ਰਹਿ ਕੀ ਆ ਜਿਹੜੀ ਗ੍ਰਹਿ ਹੈਗੀ ਉਹ ਕੀ ਆ ਤਾਰਿਆਂ ਨਾਲੋਂ ਕੀ ਆ ਬਹੁਤ ਨੇੜੇ ਆ ਤੇ ਸਾਈਜ਼ ਕੀ ਆ ਵੱਡੇ ਆ ਇਸ ਲਈ ਜੇਕਰ ਇਸ ਗ੍ਰਹਿ ਨੂੰ ਬਿੰਦੂ ਸਰੋਤ ਮੰਨ ਲਈਏ ਤਾਂ ਹਰੇਕ ਬਿੰਦੂ ਸਾਡੀ ਅੱਖ ਤਾਕਿਲ ਉਹਨੇ ਪ੍ਰਕਾਦੀ ਮਾਤਰਾ ਕੀ ਆ ਜਿਹੜੀ ਤਬਦੀਲੀ ਆਉਂਦੀ ਹੈ ਮਾਤਰਾ ਚ ਦਾਖਲ ਹੋਣ ਲੱਗੇ ਜਿਹੜੇ ਆਪਾਂ ਕਹਿੰਦੇ ਆ ਪਹਿਲਾਂ ਪੜਿਆ ਆਪਾਂ ਵਰਤਨ ਹੁੰਦਾ ਹੈਗਾ ਉਹ ਕੀ ਨਾ ਮਾਤਰ ਹੁੰਦੀ ਜਿਸ ਕਰਕੇ ਇਹ ਟਿੰਟੂ ਮੈਂ ਦਿਖਾਈ ਨਹੀਂ ਦਿੰਦੇ ਪਲੈਨੈਟਸ ਆਰ ਮੱਚ ਕਲੋਜ਼ਰ ਨੀਅਰ ਟੂ ਦਾ ਅਰਥ ਬਿਕੋਜ਼ ਦੇ ਕਨਸੀਡਰ ਐਜ਼ ਦਾ ਲਾਰਜ ਸੋਰਸ ਇਟ ਇਫ ਦਾ ਪਲੈਨੈਟ ਇਫ ਪਲੈਨੈਟਸ ਕੈਨ ਬੀ ਕਲੈਕਟਡ ਐਟ ਦਾ ਵੈਰੀ ਲਾਰਜ ਨੰਬਰ ਆਫ ਪੁਆਇੰਟ ਸੋਰਸ ਆਫ ਲਾਈਟ ਦੈਨ ਐਵਰੇਜ ਵੈਲਿਊ ਆਫ ਚੇਂਜ ਇਨ ਲਾਈਟ ਕੀ ਆ ਜ਼ੀਰੋ ਵੀ ਅਨੇਜਸ ਕਰਕੇ ਕਿ ਆਪਾਂ ਨੂੰ ਟਵਿੰਕਲ ਜਿਹੜੇ ਕਿ ਨਲੀਫਾਈ ਹੋਿੰਦਾ ਟਵਿੰਕਲ ਕਰਦੇ ਆਪਾਂ ਨੂੰ ਪ੍ਰਤੀਤ ਨਹੀਂ ਹੁੰਦੇ ਸੂਰਜ ਚੜ੍ਹਨ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਸੂਰਜ ਚੜ੍ਹਨ ਸਮੇਂ ਸੂਰਜ ਦਾ ਪ੍ਰਕਾਸ਼ ਸਾਡੇ ਤੱਕ ਪਹੁੰਚਣ ਤੋਂ ਪਹਿਲਾਂ ਬਾਜ਼ੂ ਮੰਡਲਸ ਕੀ ਦੂਰੀ ਤੈਅ ਕਰਦਾ ਆਪਣੇ ਤੱਕ ਪਹੁੰਚਣ ਲਈ ਜਿਸ ਕਰਕੇ ਪ੍ਰਕਾਸ਼ ਵਿੱਚ ਮੌਜੂਦ ਰੰਗਾਂ ਵਿੱਚੋਂ ਘੱਟ ਲੰਬਾਈ ਦਾ ਪ੍ਰਕਾਸ਼ ਜਿਹੜਾ ਹੁੰਦਾ ਉਹਦਾ ਖੰਡਾਓ ਵੱਧ ਹੋ ਜਾਂਦਾ ਹੈਗਾ ਅਤੇ ਵੱਧ ਤਰੰਗਲਮਈਆਂ ਜਿਵੇਂ ਲਾਲ ਸੰਤਰੀ ਪੀਲੇ ਦਾ ਇਹ ਕੀ ਹੈ ਆਪਣੇ ਅੱਖਾਂ ਤੱਕ ਪਹੁੰਚਦਾ ਜਦੋਂ ਖੰਡਾ ਹੋਂਦਾ ਤਾਂ ਲਾਲ ਸੰਤਰੀ ਪੀਲ ਆਪਣੇ ਅੱਖਾਂ ਤੱਕ ਪਹੁੰਚਦਾ ਇਸ ਲਈ ਆਪਾਂ ਨੂੰ ਸੂਰਜ ਕੀ ਹੈ ਉਸ ਲਈ ਲਾਲ ਦਿਖਾਈ ਦਿੰਦਾ ਮੋਸਟ ਆਫ ਦਾ ਪਾਰਟ ਆਫ ਬਲੂ ਲਾਈਟ ਐਂਡ ਲਾਈਟ ਸਮਾਲ ਆਫ ਵਾਈਵਲੈਂਥ ਗੈਟਸ ਸੈਟਰਡ ਬਾਏ ਦਾ ਡਸਟ ਪਾਰਟੀਕਲ ਨੀਅਰ ਦਾ ਹਾਰਾਈਜ਼ਨ ਸੋ ਦਾ ਲਾਈਟ ਰੀਚਸ ਅਵਰ ਆਈ ਆਰ ਲਾਰਜ ਬੇਵਲੈਂਥ ਠੀਕ ਹੈ ਆਪਣੇ ਕੋਲੇ ਕੀ ਇਹ ਬਾਤਮਈ ਨਿਰਲ ਘਾਟਾ ਲਾਉ ਤਾਂ ਖੰਡਾਉ ਹੋ ਗਿਆ ਬਾਦਲ ਆਪਣੇ ਕੋਲੇ ਪਹੁੰਚਦਾ ਵਿਲਨਥਾ ਡਿਊ ਟੂ ਥਿਸ ਕੀ ਆਪਾਂ ਨੂੰ ਹੋ ਰੈਡੀਸ਼ ਪ੍ਰਤੀਤ ਹੁੰਦਾ ਹੈਗਾ ਕਿਸੇ ਪਲਾਟ ਜਤ ਨੂੰ ਕਾਫੀ ਨੀਲੇ ਥਾ ਲਾਲ ਕੰਡ ਦਿਖਾਈ ਦਿੰਦਾ ਜੇ ਤੋ ਪਲਾਟ ਜਤਰੀ ਹੈ ਬਹੁਤ ਉੱਚੀ ਜਾਂਦਾ ਤਾਂ ਉੱਥੇ ਜਾ ਕੇ ਕੀ ਹੁੰਦਾ ਹੈਗਾ ਵਾਦਮੰਡਲ ਨਹੀਂ ਹੁੰਦਾ ਵਾਦਮੰਡਲ ਨਹੀਂ ਹੁੰਦਾ ਤੇ ਇਸ ਲਈ ਉੱਥੇ ਹਵਾ ਦੇ ਵਿੱਚ ਜਿਹੜੇ ਕਾਣ ਲੈਂਦੇ ਹਵਾ ਕੀ ਹੈ ਹਵਾ ਦੇ ਕਾਣ ਹੈ ਨਹੀਂ ਉੱਥੇ ਠੀਕ ਹੈ ਉਹਨਾਂ ਦੇ ਗੈਰਮਜੂਦਕੀ ਕੀ ਹੈ ਦਾ ਪ੍ਰਕਾਸ਼ ਦਾ ਖੰਡਾਓ ਨਹੀਂ ਹੁੰਦਾ ਠੀਕ ਹੈ ਇਸ ਲਈ ਕਿ ਆਪਨੂੰ ਪ੍ਰਕਾਸ਼ ਕੀ ਕਾਲਾ ਦਿਖਾਈ ਦਿੰਦਾ ਹੈ ਐਟ ਦਸ ਨੋਟ ਮੂਵਸ ਅਵੇ ਫਰਮ ਦ ਐਟਮੋਸਫੇਅਰ ਦੈਟ ਨੋਸਟ ਕਮ ਥਿਨ ਥਿਨਰ ਦੂ ਟੂ ਐਬਸੈਂਸ ਆਫ ਮੋਲੀਕੂਲ ਇਨ ਦ 에ਅਰ ਦ ਸਕੈਟਰਡ ਲਾਈਟ ਡਸਨਟ ਟੇਕ ਪਲੇਸ ਸਕੈਟਰਿੰਗ ਹੁੰਦੀ ਜਿਸ ਕਰਕੇ ਆਕਾਸ਼ ਕੀ ਆਪਨੂੰ ਕਾਲਾ ਦਿਖਾਈ ਦਿੰਦਾ ਤੇ ਵੈਸੇ ਆਕਾਸ਼ ਆਪਨ ਨੀਲਾ ਕਿਉਂ ਦਿਖਾਈ ਦਿੰਦਾ ਹੈ ਜਦੋਂ ਸੂਰਜ ਦਾ ਪ੍ਰਕਾਸ਼ ਕੀ ਲੰਘਦਾ ਹੈ ਵਾਜ਼ੂ ਮੰਨ ਲਵੇ ਜੀ ਤਾਰੇ ਹਵਾ ਦੇ ਕਣਾਂ ਘੱਟ ਤਰੰਗ ਲੰਬਾਈ ਪ੍ਰਕਾਸ਼ ਦਾ ਖੰਡਾਹ ਵੱਧ ਕਰ ਦਿੰਦੇ ਜਿਸ ਕਰਕੇ ਸਾਡੀਆਂ ਅੱਖਾਂ ਤੱਕ ਕਿਹੜਾ ਪਹੁੰਚਦਾ ਹੈਗਾ ਨੀਲਾ ਰੰਗ ਪਹੁੰਚਦਾ ਹੈਗਾ ਠੀਕ ਹੈ ਹਾਂ ਤੇ ਸਾਨੂੰ ਪ੍ਰਕਾਸ਼ ਕੀ ਨੀਲਾ ਦਿਖਾਈ ਦਿੰਦਾ ਹੈ ધ ਸਨਲਾਈਟ ਇਸ ਡਸ ਐਟਮੋਸਫੀਅਰ ਸਕੈਟਰਡ ਬੈ ਇਨ 올 ਡਾਇਰੈਕਸ਼ਨ ਇਨ ਦ 프ਰੈਂਸ ਆਫ ਡਸਟ ਪਾਰਟਿਕਲ ਇਨ ਦ ਐਟਮੋਸਫੀਅਰ ਦ ਬਲੂ ਇਸ ਸਕੈਟਰਡ ਕਲਰ ਮੋਰ ਜਿਹੜਾ ਬਲੂ ਕਲਰ ਹੈ ਉਹ ਸਭ ਤੋਂ ਵੱਧ ਸਕੈਟਰ ਹੁੰਦਾ ਹੈਗਾ ਠੀਕ ਹੈ इे आप लिख सकते हैं नीला रंग है जरा नीला रंग है वह की होंगे खिंडाओ होंटर होंद वह जिस करके की है वह अपने को नीला रंग पाँच जिस करके आकाश की अपन ब्ल्यू दिखाई देता है रीजन ऑफ आर द स्कैटर ब्लू कलर इट इज द ऑफ़ बल्यू लाइट इज शॉर्टर दैन द अदर लाइट ਖਤਰੀਆ ਸਿਗਨਲ ਲਾਲ ਕਿਉਂ ਹੁੰਦਾ ਹੈਗਾ ਲਾਲ ਰੰਗ ਦੀ ਤਰੰਗ ਲੰਬਾਈ ਕੀ ਆ ਵੱਧ ਹੋਣ ਕਾਰਨ ਇਹਦਾ ਖੰਡਾਓ ਘਟ ਜਾਂਦਾ ਜੇ ਖੰਡਾਓ ਘਟ ਗਿਆ ਤਾਂਪਨ ਦੂਰੋਂ ਹੀ ਨਜ਼ਰ ਆਉਂਉ ਬਿਕਾਜ਼ ਦਾ ਰੈਡ ਲਾਈਟ ਹੈਸ ਸਮਾਲਰ ਸੌਰੀ ਲਾਰਜ ਵੇਵ ਲੈਂਥ ਇਟਸ ਲੀਸਟ ਡਿਸਪਰਸਨ ਲੀਸਟ ਕੀ ਕਹਿੰਨੇ ਆਪਾਂ ਖੰਡਾਓ ਜਾਂ ਸਕੈਟਰਡ ਕਾਸ ਨੇ ਵੀ ਵੱਧ ਡਿਸਪਰਸ ਨਹੀਂ ਹੁੰਦਾ ਫੈਲਦਾ ਨਹੀਂ ਹੈਗਾ ਠੀਕ ਹੈ ਬਿਕਾਜ਼ ਆਫ ਦਿਸ ਦਾ ਲਾਈਟ ਗੈਟਸ ਰਿਫਲੈਕਟਡ ਬੈਕ ਜੀ ਲਾਈਟ ਆਪਾਂ ਨੂੰ ਦੂਰੋਂ ਆਪਾਂ ਨਜ਼ਰ ਆਊਗਾ ਲੰਗਰ ਡਿਸਟੈਂਸ ਕੈਨ ਟ੍ਰੈਵਲ ਲੰਗਰ ਡਿਸਟੈਂਸ ਥਰੂ ਕਲਾਉਡਸ ਫੌਗ ਐਂਡ ਡਸਟ ਜਿੱਤੋਂ ਦਾ ਧੂਆਂ ਹੈਗਾ ਉਹਦੇ ਆਪਾਂ ਲਾਲ ਲੰਗ ਕੀ ਲਾਈਟ ਕਿ ਦੂਰੋਂ ਦਿਖ ਸਕਦੀ ਜਿਸ ਕਰਕੇ ਕੀ ਹੈ ਖਤਰੇ ਸਿਗਨਲ ਨੂੰ ਆਪਾਂ ਲਾਲ ਕਲਰ ਦਿੰਨੇ ਆ ਇਹ ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ ਜੋ ਤੁਹਾਨੂੰ ਆਉਣਾ ਚਾਹੀਦਾ ਹੈਗਾ ਲੇਬਲਿੰਗ ਵੀ ਤੁਹਾਨੂੰ ਕਰਨੀ ਹੋਣੀ ਚਾਹੀਦੀ ਹੈ ਇਹ ਪੁਤਲੀ ਦਿਖਾਈ ਕੀ ਕੋਰਨੀਆ ਹੈਗਾ ਸਿਲਰੀ ਮਸਲ ਰੈਟੀਨਾ ਜਿੱਥੇ ਰੈਟੀਨਾ ਜਿੱਥੇ ਕੀ ਹੈ ਪ੍ਰਤੀਮ ਬੰਦਾਗਾ ਵਟ੍ਰਸ ਨੂੰ ਉਸ ਤੋਂ ਵੀ ਲੈਵਲ ਕਰਨਾ ਹੋਣਾ ਚਾਹੀਦਾ ਸਿੱਖ ਲਿਓ ਨੂੰ ਧੰਨਵਾਦ